2024 लोकसभा चोणां दे मद्देनज़र अज गुरद्वारा पट्ठा साहिब दे नेड़े श्रोमणी अकाली दल अमृतसर दे यूथ विंग दी भरवीं मीटिंग कीती गई। इस मौके पार्टी दे जनरल सकत्तर ते श्री आनंदपुर साहिब तो उम्मीदवार कुसलपाल सिंह मान ने विशेष तौर ते शिरकत कीती। लोकसभा चोणां लई सत प्रबंध श्रोमणी गुरद्वारा प्रबंधक कमेटी देण वास्ते वोटां बनाउण दी प्रक्रिया ते यूथ विंग दे संगठन नूं होर मजबूत करन लई विचारां होईआं। इस मौके पार्टी दे जनरल सकत्तर कुशलपाल सिंह मान ने कहा कि जोतगवंत मान ने 1 नवंबर नूं विरोधी पार्टियां नूं बहिस वास्ते बुलाया है। ਉਹ ਇੱਕ ਬਹੁਤ ਹੀ ਗੈਰ ਸੰਜੀਦਾ ਤੇ ਨਾਟਕੀ ਚਰਿੱਤਰ ਨੂੰ ਦਰਸਾਉਂਦਾ ਹੈ। ਜੇ ਖੂਨ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਤੁਲ ਚੁੱਕਾ ਹੈ, ਉਹ ਮੰਗ ਕਰਦਾ ਹੈ ਕਿ ਬਹੁਤ ਹੀ ਜ਼ਿੰਮੇਵਾਰੀ ਅਤੇ ਸੰਜੀਦਗੀ ਨਾਲ ਹਰ ਕਦਮ ਲਿਆ ਜਾਵੇ। ਜਮਹੂਰੀਅਤ ਦੀ ਰਵਾਇਤ ਮੁਤਾਬਕ ਇਹ ਲੋੜੀਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਤੇ ਸਮਾਜਿਕ ਧਿਰਾਂ ਇਕਜੁੱਟ ਹੋ ਕੇ ਵਿਚਾਰ ਕਰਨ ਅਤੇ ਅਗਲੇ ਸੰਘਰਸ਼ ਲਈ ਸਰਬ ਸਹਿਮਤੀ ਬਣਾਈ ਜਾਵੇ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ SYL ਦੇ ਮੁੱਦੇ ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ ਹੈ ਅਤੇ ਪੰਜਾਬ ਦਾ ਪੱਖ ਇੱਕ ਮਤੇ ਵਿੱਚ ਲਿਆ ਕੇ ਉਸ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ। ਸਮਾਂ ਇਹ ਵੀ ਮੰਗ ਕਰਦਾ ਹੈ ਕਿ ਪੰਜਾਬ ਨਾਲ ਜੋ ਹਿੰਦ ਹਕੂਮਤ ਨੇ 1947 ਤੋਂ ਵਾਅਦਾ ਖਿਲਾਫੀਆਨ ਕਰਕੇ ਪੰਜਾਬੀਆਂ ਨੂੰ ਉਹਨਾਂ ਦੇ ਜਾਇਜ਼ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਹੈ, ਉਹਨਾਂ ਬਾਰੇ ਵੀ ਸਰਕਾਰ ਪੜਚੋਲ ਕਰੇ। ਉਹਨਾਂ ਨੇ ਖਾਸ ਤੌਰ ਤੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਜੋ ਹਰਿਆਣਾ ਅਤੇ ਹਿਮਾਚਲ ਵਿੱਚ ਹਨ ਦਾ ਵਰਣਨ ਕੀਤਾ। ਨਾਲ ਹੀ ਉਹਨਾਂ ਨੇ ਇਹ ਦੁੱਖ ਪ੍ਰਗਟ ਕੀਤਾ ਕਿ ਚੰਡੀਗੜ੍ਹ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ, ਉੱਤਰਾਂਚਲ ਅਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਜ਼ੁਬਾਨ ਨੂੰ ਲੋੜੀਂਦਾ ਸਤਿਕਾਰ ਨਹੀਂ ਮਿਲ ਰਿਹਾ। ਤੇ ਕੀ ਵਾਅਦੇ ਖਿਲਾਫੀਆਂ ਹੋਈਆਂ? ਸਾਨੂੰ ਇਹ ਸੁਨੇਹਾ, ਇਹ ਜਾਗ੍ਰਿਤੀ ਘਰ ਘਰ ਲਿਜਾਣੀ ਪਏਗੀ। ਅੱਜ ਜਿਹੜੀ ਹਕੂਮਤ ਚੰਡੀਗੜ੍ਹ ਵਿੱਚ ਬੈਠੀ ਹੈ, ਇਹਨੂੰ ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਰਾਜਨੀਤੀ ਬਦਲਾਅ ਦੇ ਨਾਂ 'ਤੇ ਲੈ ਕੇ ਆਉਂਦਾ ਸੀ। ਉਹ ਐਸਾ ਬਦਲਾਅ ਹੋਇਆ ਕਿ ਅੱਜ ਜਿਹੜੇ ਸਾਡੇ ਮਸਲੇ ਨੇ, ਜਿੰਨੇ ਸਾਡੇ ਮਾਮਲੇ ਨੇ, ਜਿਹੜੇ 40 ਸਾਲਾਂ ਤੋਂ ਪਏ ਸੀ, ਜਿਨ੍ਹਾਂ ਲਈ ਪੰਜਾਬ ਲੜ ਰਿਹਾ ਸੀ, ਉਹਦੀ ਜਿਹੜੀ ਰਿਪ੍ਰਜੈਂਟੇਸ਼ਨ ਹੈ ਉਹ ਇੰਨੀ ਕਮਜ਼ੋਰ ਕਰਤੀ ਹੈ ਕਿ ਸਾਨੂੰ, ਅਸੀਂ ਉੱਥੇ ਹੀ ਚਲੇ ਗਏ ਜਿੱਥੇ ਸਨ 82 ਵਿੱਚ ਸੀਗੇ। ਸਾਧ ਸੰਗਤ ਜੀ, ਜਿਸ ਨਹਿਰ ਪਿੱਛੇ ਇੰਨਾ ਖੂਨ ਡੁੱਲਿਆ ਹੋਵੇ ਉਹਦੇ ਬਾਰੇ ਸੁਪਰੀਮ ਕੋਰਟ 'ਚ ਬਿਆਨ ਦੇਣਾ, ਬਈ ਜੀ ਅਸੀਂ ਤਾਂ ਨਹੀਂ ਬਣਾ ਸਕਦੇ ਬਈ ਜਿਹੜਾ ਵਿਰੋਧੀ ਧਿਰ ਹੈ ਉਹ ਮੁਖਾਲਫਤ ਕਰਦਾ, ਇੱਕ ਪੁਆਇੰਟ ਇਹਨਾਂ ਨੇ ਇਹ ਲਿਆ। ਦੂਜਾ ਪੁਆਇੰਟ ਇਹਨਾਂ ਨੇ ਇਹ ਲਿਆ ਬਈ ਜੀ ਅਸੀਂ ਜ਼ਮੀਨ, ਸਾਨੂੰ ਜ਼ਿਮੀਂਦਾਰ ਜ਼ਮੀਨ ਨਹੀਂ ਦਿੰਦਾ, ਕਿਸਾਨ ਜ਼ਮੀਨ ਨਹੀਂ ਦਿੰਦਾ, ਤਾਂ ਨਹੀਂ ਨਹਿਰ ਬਣਾ ਸਕਦੇ। ਉਹ ਭਲਿਓ ਲੋਕੋ, ਰੌਲਾ ਨਾ ਜ਼ਮੀਨ ਦਾ ਨਾ ਵਿਰੋਧੀ ਧਿਰਾਂ ਦਾ। ਵਿਰੋਧੀ ਧਿਰਾਂ ਤਾਂ ਲਾਈਨ ਲਾ ਕੇ ਦਿੱਲੀ ਦੇ ਅੱਗੇ ਗੋਡੇ ਟੇਕਦੀਆਂ ਨੇ, ਕਿੰਨੇ ਨਹੀਂ ਟੇਕੇ। ਪਹਿਲਾਂ 66 ਸਾਡੀ ਕਾਣੀ ਵੰਡ ਕੀਤੀ, ਸਾਡੇ ਪਾਣੀ, ਸਾਡੇ ਡੈਮ ਇਹ ਲੈ ਗਏ। ਫਿਰ 76 ਦੇ ਵਿੱਚ ਇੰਦਰਾ ਗਾਂਧੀ ਨੇ ਅੱਧਾ ਪਾਣੀ ਪੰਜਾਬ ਨੂੰ ਦੇ ਦਿੱਤਾ, ਅੱਧਾ ਹਰਿਆਣੇ ਨੂੰ ਦੇ ਦਿੱਤਾ। ਫਿਰ 82 ਵਿੱਚ ਜਦੋਂ ਇੰਦਰਾ ਨੇ ਨੀਂਹ ਪੱਥਰ ਰੱਖਿਆ, ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਨੇ ਚਾਂਦੀ ਦੀ ਕਹੀ ਦਿੱਤੀ ਕਪੂਰੀ। ਫਿਰ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਸੰਤ ਲੌਂਗੋਵਾਲ ਅਤੇ ਸੁਰਜੀਤ ਸਿੰਘ ਬਰਨਾਲਾ ਮੰਨਿਆ ਏ, ਲਿਖ ਕੇ ਦੇ ਆਏ ਵੀ ਅਸੀਂ ਇਹ ਨਹਿਰ ਬਣਾਵਾਂਗੇ। ਅਤੇ ਬਰਨਾਲਾ ਅਕਾਲੀ ਸਰਕਾਰ ਵੇਲੇ ਨਹਿਰ ਬਣੀ ਅਤੇ ਬਣਦੀ ਰਹੀ, ਅੱਗੋਂ ਰਾਸ਼ਟਰਪਤੀ ਰਾਜ ਰਿਹਾ। ਅਤੇ ਫਿਰ ਭਾਈ ਜਟਾਣੇ ਅਤੇ ਭਾਈ ਚੰਨੇ ਦੇ ਐਕਸ਼ਨ ਨਾਲ ਇਹ ਨਹਿਰ ਰੁਕੀ। ਇਹ ਜਿਹੜੇ ਅੱਜ ਇੱਥੇ ਅੱਜ ਬਹਿਸਾਂ ਕਰਦੇ ਨੇ ਅਤੇ ਗੱਲਾਂ ਕਰਦੇ ਨੇ, ਉਹਨਾਂ ਨੇ ਤਾਂ ਨਹਿਰਾਂ ਬਣਾਈਆਂ ਨੇ, ਇਹ ਰੋਕੀ ਤਾਂ ਕਿਸੇ ਹੋਰ ਨੇ, ਔਰ ਖੂਨ ਡੋਲ ਕੇ ਰੋਕੀ ਹੈ। ਅਤੇ ਜਿਸ ਮੁੱਦਿਆਂ 'ਤੇ ਖੂਨ ਡੁੱਲਿਆ ਹੋਵੇ
जिस मुद्दे ते शहादतां होईयां होण उस मुद्दे ते तुहाडा जो मुख्यमंत्री कहिंदा है भई आपां थिएटर च बैठ के गल करांगे, उस मुद्दे ते जिवें महल्लियां दे विच मेणो मेणी हुंदे ने उवें गल हो रही है। जिहड़ी जमहूरीयत है, जिहो जी भी टुट्टी भज्जी जमहूरीयत इस मुल्क च हैगी है, उहदे च पार्लीमेंट है, विधानसभा है। पंजाब सरकार ने यह नहीं किया भाई असी विधानसभा का सैशन बुलाने श्रोम सतलुज यमुना लिंक नाल ते, इस सरकार ने यह नहीं किया भी पानी दे मालक सी माल की ना अकालियां ने बादल दलिया ने ना इन्हां ने ना अमरिंदर सिंह ने। मेरा नाम है जी कुशलपाल सिंह मान, मैं श्रोमणी अकाली दल अमृतसर का जनरल सकत्तर हाँ। पार्टी ने सर सिमरजीत सिंह मान ने मैनू आनंदपुर साहब लोग सभा हल्के का उम्मीदवार दे लई जिम्मेवारी दिती। जिहड़ी अज की मीटिंग सी वो यूथ नू जथेबंधक करन लई लोग सभा इलैक्शन की तैयारी ते श्रोमणी गुरद्वारा प्रबंधक कमेटी दियां जिहड़ियां वोटां बणनियां है उन्हूं ऑर्गेनाइज करन लई ए रोपड़ जिले की अज मीटिंग। वेखो जी असी किसी भी पंजाब हितैषी जथेबंदी नाल समझौते लई ओपन आ, बट जिहड़ा दिल्ली बेस्ड है उहदे नाल साडी ना है। तो असी बिकॉज जो साडे नाल वापर गया पंजाब च वो जिन्ने दिल्ली वाले ने मैं अपनी तकरीर च भी कहा है वो साडा उन्होंने नाल चल ही नहीं सकता पंजाब का, जो पंजाब की असी खुशहाली चाहते हैं पंजाब की तरक्की चाहते हैं। हाँ जी एस वाई एल का जो मुद्दा है उहदे च वेखो बादल दल कांग्रेस अमरिंदर सिंह सारे दोषी ने, ते हुण जिहड़ा सब तो वड्डा कहर कीता है वो जिहड़ी हुण वाली हकूमत है इन्हां ने जिहड़ी सुप्रीम कोर्ट च आर्ग्यूमेंट लई है वो ये लई है भाई जी उत्थे विरोधी दे ऑपोजिशन करके नहीं असीं बना सकते, असीं जमीन नहीं लै सकते किसानां तों तां नहीं बना सकते। चाहिदा की सी किसे ने भी पिछले 70 सालों च मालकी दे हक दा दावा पेश नहीं कीता, पंजाब दे पानियां च मालकी दा हक दा दावा ना पेश करना मैं कहूंगा बादल दल दी गदारी है ते कांग्रेस दा धोखा है। ते इन्हां ने तो जमा ही सिरे लाती जिथे साडा इन्ना खून डुल्लिया होवे जिस मुद्दे ते उस मुद्दे नू गोडियां जिन्हां दे जोर है नहीं उहदा हक ही नहीं मंगणा, उहदा मालकी हक ही नहीं मंग रहे। सब तो वड्डी त्रासदी आने वाले समय लई इह है क्योंकि पानी दी वंड उह करूगा ना जिहड़ा मालक है। की गवर्नमेंट ऑफ इंडिया मालक है पानी दी? वाटर स्टेट सब्जेक्ट है। सो पानी दा मालक कौन है पहला वो डिटरमिन किया जाए, बाकी गल्लां सब बाद दियां। जे देखो कनेडियंस जिन्ने ने उन्होंने इन्हां ने वीजे बंद करते, 7 लाख तो उपर पंजाबी है कैनेडा च, ਉਹ ਆਪਦੇ ਘਰਾਂ 'ਚ ਨਹੀਂ ਆ ਸਕਦੇ, ਕਿਸੇ ਦੇ ਬਜ਼ੁਰਗ ਮਾਂ ਪਿਓ ਨੇ ਉਹ ਨਹੀਂ ਆ ਸਕਦੇ। ਔਰ ਬੜੀ ਹੀ ਤਰਾਸਦੀ ਹੈ ਕਿ ਜਿਹੜੀ ਅੱਜ ਦੀ ਸਰਕਾਰ ਹੈ ਭਗਵੰਤ ਮਾਨ ਦੀ, ਇਹਨਾਂ ਨੇ ਉਹਦੇ ਬਾਰੇ ਨਾਂ ਹੀ ਨਹੀਂ ਲਿਆ, ਗੱਲ ਹੀ ਨਹੀਂ ਕੀਤੀ। ਉਹ ਪੰਜਾਬ ਦਾ ਮੁੱਦਾ ਨਹੀਂ ਹੈ। ਸੋ ਕੈਨੇਡਾ ਕਿਤੇ ਵੀ ਪੰਜਾਬੀ ਹੋਵੇ ਫਿਰ ਅੱਜ ਹਿੰਦੁਸਤਾਨੀ ਪੰਜਾਬ ते पाकिस्तानी पंजाब च सिखां लई की फर्क रह गया? जिवें उधर नहीं जा सकते इवें इधर नहीं आ सकते। बहुत बहुत गमगीन साडा जिहड़ा यूथ है उन्हां लई कोई ऑपरचुनिटी नहीं है, वह जा रहे ने। जिहड़ा आवाज चुकदा है उहनूं गोली मार दित्ती जांदी है, उहदा कतल कर दित्ता जांदा है। और ये पिछले
दो साल च किन्नी त्रासदी हुई है, छे मौतां हुईयां दीप सिद्धू तो लैके, पानी साडा मुक गया, साडा आर्थिक तौर ते असीं टुट गए हां, जमदा बच्चा करजई है इत्थे 50,000 करोड़ दा इन्हां ने कर्जा पिछले 1.5 साल च लै लिया। एक कर्जा लैके अज मैनूं इह दसो कर्जा मोड़न दा की तरीका हुंदा, कर्जा खत्म करन दा की तरीका हुंदा इकोनॉमिक वर्ल्ड च? तुसी इंटरेस्ट दा व्याज दा रिबेट लो। इन्होंने कभी गवर्नमेंट ऑफ इंडिया नूं कहा भाई सानू 3 साल व्याज ना लाओ? ये कर्जे की दास्तान शुरू कित्थों हुंदी है? कर्जे की दास्तान शुरू हुंदी है जदों इन्होंने CRP BSF और फौज दे बिल पंजाब सरकार नूं पाए 80 दे दहाके च और 90 दे दहाके च, जिवें दुश्मन नूं दुश्मन मुल्क दियां सरकारां जद हार जांदियां ने ਤੇ ਉਹਨਾਂ ਤੇ ਵਾਰ ਇੰਡੈਮਨਿਟੀ ਲਾਈ ਜਾਂਦੀ ਹੈ। ਉਸੇ ਤਰ੍ਹਾਂ ਪੰਜਾਬ ਤੇ ਇੰਡੈਮਨਿਟੀ ਲਾਈ ਗਈ, ਉਦੋਂ ਕਰਜ਼ਿਆਂ ਦਾ ਦੌਰ ਸ਼ੁਰੂ ਹੋਇਆ, ਫਿਰ ਬੇਅੰਤ ਸਿੰਘ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ, ਸਭ ਨੇ ਜਾਰਾ ਕੀਤਾ A to Z। ਸਾਡੀਆਂ ਆਹ ਤੁਹਾਡਾ ਆਹ ਵਿਕ ਗਿਆ ਇੱਥੇ, ਆਪਣਾ ਜਿਹੜਾ ਰੈਸਟੋਰੈਂਟ ਹੁੰਦਾ ਸੀ ਪੰਜਾਬ ਟੂਰਿਜ਼ਮ ਦਾ, ਕਿੰਨੀਆਂ ਪ੍ਰਾਪਰਟੀਆਂ ਵੇਚਤੀਆਂ, ਹਾਂਜੀ ਕਿੰਨੀਆਂ ਪ੍ਰਾਪਰਟੀਆਂ ਵੇਚਤੀਆਂ ਜਿਹੜੀਆਂ ਬਚ ਗਈਆਂ ਉਹ ਬੈਂਕਾਂ ਕੋਲੇ ਕਰਜ਼ੇ ਚ ਨੇ, ਇੰਪਲੋਇਮੈਂਟ ਹੈ ਨਹੀਂ। ਆਹ ਭਗਵੰਤ ਮਾਨ ਰੋਜ਼ ਕਹਿੰਦੇ ਨੇ ਇੰਨੀਆਂ ਨੌਕਰੀਆਂ ਦਿੱਤੀਆਂ, ਅਸੀਂ ਹੁਣ ਹਲਕੇ ਤੁਰੇ ਫਿਰਦੇ ਹਾਂ, ਪੰਜਾਬ ਤੁਰੇ ਫਿਰਦੇ ਹਾਂ। ਤੁਸੀਂ ਇਹ ਵੇਖੋ, ਮੈਨੂੰ ਤਾਂ ਕੋਈ ਨਹੀਂ ਟੱਕਰਿਆ ਜਿਹਨੇ ਕਿਹਾ ਜੀ ਮੈਂ ਜੁਆਇਨ ਕਰ ਲਿਆ। ਬਰਗਾੜੀ ਦਾ ਮੁੱਦਾ, ਪਹਿਲਾਂ ਬਾਦਲ ਸਰਕਾਰ ਨੇ ਕੁਛ ਕੀਤਾ, ਕੈਪਟਨ ਅਮਰਿੰਦਰ ਸਿੰਘ ਸਹੁੰ ਖਾ ਕੇ ਮੁੱਕਰਿਆ, ਅੱਜ ਇਹ ਕਹਿੰਦਾ ਸੀਗਾ ਵੀ ਅਸੀਂ ਜੀ ਹੱਲ ਕਰ ਦਾਂਗੇ, ਵੇਖ ਲਓ ਕੀ ਹੋਇਆ। ਕੇਜਰੀਵਾਲ ਹਿਸਾਰ ਚ ਪ੍ਰੈਸ ਕਾਨਫਰੰਸ ਕਰਦਾ, ਇਹਦੇ ਨਾਲ ਬੈਠਾ ਹੈ ਭਗਵੰਤ ਮਾਨ ਤੇ ਕਹਿੰਦਾ ਵੀ ਮੇਰੇ ਕੋਲ ਹੱਲ ਹੈਗਾ ਪਾਣੀਆਂ ਦਾ, ਮੋਦੀ ਮੈਨੂੰ ਚਾਹ ਤੇ ਬੁਲਾ ਲੈ ਮੈਂ ਦੱਸ ਦੂੰਗਾ। ਉਹ ਭਾਈ 3 ਕਰੋੜ ਪੰਜਾਬੀ ਤਰਸਦਾ ਪਿਆ ਪਾਣੀ ਨੂੰ, ਸਾਨੂੰ ਹੀ ਦੱਸ ਦੇ ਜੇ ਹੱਲ ਹੈ, ਕਹਿੰਦਾ 1/2 ਘੰਟੇ ਚ ਹੱਲ ਕਰ ਦੂੰਗਾ, ਅਸੀਂ ਐਵੇਂ ਖੂਨ ਡੋਲੀ ਜਾਂਦੇ ਹਾਂ ਆਪਣਾ। ਸੋ ਆਹ ਹਾਲਾਤ ਨੇ ਜਿਹੜੇ ਤੁਹਾਡੇ ਹੁਕਮਰਾਨ 2000